ਹਾਂ ਜੀ ਜੋਸ਼ ਸਾਹਿਬ, ਹੁਸ਼ਿਆਰਪੁਰ ਜ਼ਿੰਦਾਬਾਦ ਦੀ ਜਿਹੜੀ ਨਾ ਅੱਜ ਮੀਟਿੰਗ ਹੈ, ਸੁਨਾਤ ਆਇਆ ਨਾ ਸੀ ਕਿ ਚਲੋ ਇਹਨਾਂ ਨੇ ਗੈਟ ਟੁਗੈਦਰ ਕਰ ਲਈਏ, ਸ਼ਾਹਿਦ ਸਾਹਿਬ ਨੇ ਬੁਲਾਇਆ ਆਪਣੇ ਘਰ, ਤੇ ਮੈਂ ਜਵਾਨੇ ਨਾਲ ਤੁਹਾਡੀ ਕੀ ਰਾਏ, ਕੀ ਕਹਿੰਦਾ ਹੁਸ਼ਿਆਰਪੁਰ ਜ਼ਿੰਦਾਬਾਦ, ਛੋਟਾ ਛੋਟਾ ਕਰੀਓ ਕਿ ਸਾਰਿਆਂ ਨੂੰ ਅੱਧਾ ਅੱਧਾ ਮਿੰਟ ਦੇ। ਦਿਮਾਗ ਘੁੰਮੀ ਜਾ ਰਿਹਾ ਇਹਨਾਂ ਨੇ ਜੋ ਕੀਤਾ, ਲੇਕਿਨ ਬੜੀ ਵੱਡੀ ਗੇਮ ਹੋਈ ਜੋ ਮੇਰਾ ਖਿਆਲ, ਹੋਰ ਤੁਹਾਨੂੰ ਪਤਾ ਲੱਗ ਜਾਏਗਾ। ਮੈਂ ਚਾਹੁੰਦਾ ਕਿ ਇਹਨਾਂ ਨੂੰ ਇਹਨਾਂ ਦੇ ਅਕਾਊਂਟ ਜ਼ਬਤ ਕਰ ਦਿਓ, ਆਡਿਟ ਕਰੋ, ਗੱਲ ਵੱਧ ਗਈ, ਆਡਿਟ ਕਰੋ ਨਾਲ ਕੇ ਪੈਸੇ ਕਿੱਥੋਂ ਆਏ, ਮੇਰਾ ਕੋਈ ਕਿੱਥੋਂ ਆਏ ਨੇ, ਤੁਹਾਡੇ ਕੋਲ ਕਿੰਝ ਆਣਾ, ਤੁਹਾਡੇ ਕੋਲ ਕਿਉਂ ਨਹੀਂ ਆਏ। ਸ਼ਾਹਿਦ ਸਾਹਿਬ, ਏਡੇ ਕੰਮ ਦੇ ਬਾਵਜੂਦ ਤੁਹਾਡੀ ਮਿਹਰਬਾਨੀ, ਤੁਸੀਂ ਬੰਦੋਬਸਤ ਕੀਤਾ ਖਾਣੇ ਦਾ, ਤੇ ਅਸੀਂ ਬੜੇ ਮਸ਼ਕੂਰ ਹਾਂ। ਤੇ ਕੀ ਤੁਸੀਂ ਐਡ ਕਰਨਾ ਚਾਹੋਗੇ? ਥੈਂਕ ਯੂ ਸੋ ਮਚ ਜੀ ਤੁਹਾਡੇ ਸਾਰਿਆਂ ਦੇ ਆਉਣ ਦਾ, ਸਪੈਸ਼ਲੀ ਹਿਸਾਬ ਸਾਹਿਬ ਦਾ ਬੜੀ ਖਵਾਹਿਸ਼ ਸੀ ਯਾਰ, ਤੋਂ ਬੜੀ ਵਾਰੀ ਚੱਕਰ ਪੈ ਜਾਂਦਾ, ਕਮਿੰਗ ਬੈਕ ਟੂ ਮੈਚ, ਕੋਈ ਚੀਜ਼ ਰਹਿਣ ਚੁੱਕੀ ਰਹੀ ਨਹੀਂ, ਕੀ ਕਹੀਏ, ਐਸਾ ਹੋਇਆ ਕਿ ਸੋ ਡਿਸਪੁਆਇੰਟਡ, ਨੋ ਵਰਡਸ। ਅੰਮ੍ਰਿਤਸਰ ਸਾਹਿਬ, ਤੁਹਾਡਾ ਕੀ ਖਿਆਲ ਹੈ ਜੀ? ਮੇਰਾ ਤੇ ਖਿਆਲ ਹੈ ਕਿ ਮੈਂ ਤੇ ਬਹੁਤ ਡਿਸਪੁਆਇੰਟਡ, ਪਲੱਸ ਮੈਂ ਜਿਹੜਾ ਕਸੂਰ ਹੈ ਤੁਹਾਡਾ, ਸਿਰਫ ਇੱਕ ਬੰਦੇ ਨੂੰ, ਰਿਜ਼ਵਾਨ ਨੂੰ, ਇੰਨਾ ਸੈੱਟ ਹੋ ਕੇ ਇੰਨੀ ਗੰਦੀ ਸ਼ਾਟ ਖੇਲੀ, ਠੀਕ ਹੈ, ਉਹ ਅਗਰ ਅਗਰੀ ਚ ਰਹਿੰਦਾ ਤੇ ਮੈਂ ਤੁਹਾਡਾ ਬਣੇ ਦਾ 100% ਬਣਿਆ। ਹਾਂਜੀ, ਮੇਰੇ ਮੁਤਾਬਕ ਤੇ ਪੋਲੀਟੀਕਲ ਸਿਲੈਕਟਿਡ ਟੀਮ ਸੀ, ਉਹਦਾ ਰਿਜ਼ਲਟ ਇਹੀ ਆਉਣਾ ਸੀ ਤੇ ਜਿਸ ਤਰ੍ਹਾਂ ਇਲੈਕਸ਼ਨ ਦਾ ਆਇਆ, ਦੈਟਸ ਦਾ ਬਾਟਮ ਲਾਈਨ। ਚਲੋ ਜੀ, ਦੋਸਤੋ, ਸਾਰੇ ਦੋਸਤਾਂ ਨੇ ਆਪਣੇ ਆਪਣੇ ਖਿਆਲਾਂ ਦਾ ਆਧਾਰ ਕੀਤਾ ਤੇ ਆਪਣੀ ਕੀਮਤੀ ਜਿਹੜੇ ਨਾ ਟਾਈਮ ਕੱਢਿਆ ਤੇ ਮਜ਼ਾ ਆ ਗਿਆ, ਹੈ ਸੀ ਸਾਰੇ ਬੜੇ ਡਿਪਰੈਸ ਆ। ਵਨ ਮੋਰ ਟਾਈਮ ਸ਼ਾਹਿਦ ਸਾਹਿਬ ਦਾ ਬਹੁਤ ਸ਼ੁਕਰੀਆ, ਇਹਨਾਂ ਨੇ ਇਕੱਠਿਆ ਕੀਤਾ ਤੇ ਸਾਡੀ ਭੜਾਸ ਨਿਕਲ ਗਈ ਹੈ, ਤੇ ਹੁਸ਼ਿਆਰਪੁਰ ਜ਼ਿੰਦਾਬਾਦ, ਵਨ ਮੋਰ ਟਾਈਮ, ਤੇ ਅਸੀਂ ਖਾਜਾ ਨੇਮ ਨੂੰ ਮਿਸ ਕਰਨੇ ਪਿਆ, ਉਹ ਦੂਰ ਚਲੇ ਗਏ ਨੇ, ਨਹੀਂ ਤੇ ਉਹ ਵੀ ਸਾਡੇ ਪੱਕੇ ਮੈਂਬਰ ਸਨ ਆਪਣੇ ਦਾ। ਚਲੋ, ਅੱਲਾ ਤਾਲਾ ਸਿਹਤ ਦੇ ਤੰਦਰੁਸਤੀ, ਉਹਨਾਂ ਨੂੰ ਜਵਾਬ ਉਹਨਾਂ ਨੇ ਕੋਈ ਨੀ ਦੇਣਾ, ਭੇਜੀ ਜਾਂਦੇ ਨੇ, ਅੱਲਾ ਉਹਨਾਂ ਦਾ ਭਲਾ ਕਰੇ। ਓਕੇ ਜੀ, ਖੁਦਾ ਹਾਫਿਜ਼।